ਹਾਂਜੀ, ਕੋਈ ਨਾ ਕੱਲ੍ਹ ਰਾਤ ਨੂੰ ਕੋਈ 1:45 ਪੁਲਿਸ ਇਨਫੋਰਮੇਸ਼ਨ ਮਿਲੀ ਕਿ ਮਲਕਪੁਰ ਚੌਂਕ ਵਿੱਚ ਇੱਕ ਜਿਹੜਾ ਟਿੱਪਰ ਆ ਜਿਹੜਾ ਰੇਤੇ ਨਾਲ ਲੋਡਡ ਸੀ ਉਹ ਤੇਜ਼ ਰਫ਼ਤਾਰ ਨਾਲ ਆ ਰਿਹਾ ਸੀ, ਜਿਹੜਾ ਇੱਕ ਸਵਿਫਟ ਕਾਰ 2 ਸਵਿਫਟ ਕਾਰ 'ਚ ਅਤੇ ਇੱਕ ਆਟੋ ਵਿੱਚ ਵੱਜਾ, ਜਿਹ 'ਚ ਜਾਨੀ ਨੁਕਸਾਨ ਹੋਣ ਤੋਂ ਬਚ ਗਿਆ। ਜਿਹੜਾ ਡਰਾਈਵਰ ਸੀ ਉਹ ਮੌਕੇ ਤੋਂ ਭੱਜ ਗਿਆ। ਪੁਲਿਸ ਨੇ ਟਿੱਪਰ ਨੂੰ ਕਬਜ਼ੇ 'ਚ ਲੈ ਕੇ ਜੀ ਅਤੇ ਜਿਹੜੀ ਅਗਲੀ ਕਾਰਵਾਈ ਆ ਜੀ ਉਹ ਸ਼ੁਰੂ ਕਰ ਦਿੱਤੀ। ਹਾਂਜੀ, ਕੋਈ ਨਾ ਕੱਲ੍ਹ ਰਾਤ ਨੂੰ ਕੋਈ 1:45 ਪੁਲਿਸ ਇਨਫੋਰਮੇਸ਼ਨ ਮਿਲੀ ਕਿ ਮਲਕਪੁਰ ਚੌਂਕ ਵਿੱਚ ਇੱਕ ਜਿਹੜਾ ਟਿੱਪਰ ਆ ਜਿਹੜਾ ਰੇਤੇ ਨਾਲ ਲੋਡਡ ਸੀ ਉਹ ਤੇਜ਼ ਰਫ਼ਤਾਰ ਨਾਲ ਆ ਰਿਹਾ ਸੀ, ਜਿਹੜਾ ਇੱਕ ਸਵਿਫਟ ਕਾਰ 2 ਸਵਿਫਟ ਕਾਰ 'ਚ ਅਤੇ ਇੱਕ ਆਟੋ ਵਿੱਚ ਵੱਜਾ, ਜਿਹ 'ਚ ਜਾਨੀ ਨੁਕਸਾਨ ਹੋਣ ਤੋਂ ਬਚ ਗਿਆ। ਜਿਹੜਾ ਡਰਾਈਵਰ ਸੀ ਉਹ ਮੌਕੇ ਤੋਂ ਭੱਜ ਗਿਆ। ਪੁਲਿਸ ਨੇ ਟਿੱਪਰ ਨੂੰ ਕਬਜ਼ੇ 'ਚ ਲੈ ਕੇ ਜੀ ਅਤੇ ਜਿਹੜੀ ਅਗਲੀ ਕਾਰਵਾਈ ਆ ਜੀ ਉਹ ਸ਼ੁਰੂ ਕਰ ਦਿੱਤੀ। ਹਾਂਜੀ, ਕੋਈ ਨਾ ਕੱਲ੍ਹ ਰਾਤ ਨੂੰ ਕੋਈ 1:45 ਪੁਲਿਸ ਇਨਫੋਰਮੇਸ਼ਨ ਮਿਲੀ ਕਿ ਮਲਕਪੁਰ ਚੌਂਕ ਵਿੱਚ ਇੱਕ ਜਿਹੜਾ ਟਿੱਪਰ ਆ ਜਿਹੜਾ ਰੇਤੇ ਨਾਲ ਲੋਡਡ ਸੀ ਉਹ ਤੇਜ਼ ਰਫ਼ਤਾਰ ਨਾਲ ਆ ਰਿਹਾ ਸੀ, ਜਿਹੜਾ ਇੱਕ ਸਵਿਫਟ ਕਾਰ 2 ਸਵਿਫਟ ਕਾਰ 'ਚ ਅਤੇ ਇੱਕ ਆਟੋ ਵਿੱਚ ਵੱਜਾ, ਜਿਹ 'ਚ ਜਾਨੀ ਨੁਕਸਾਨ ਹੋਣ ਤੋਂ ਬਚ ਗਿਆ। ਜਿਹੜਾ ਡਰਾਈਵਰ ਸੀ ਉਹ ਮੌਕੇ ਤੋਂ ਭੱਜ ਗਿਆ। ਪੁਲਿਸ ਨੇ ਟਿੱਪਰ ਨੂੰ ਕਬਜ਼ੇ 'ਚ ਲੈ ਕੇ ਜੀ ਅਤੇ ਜਿਹੜੀ ਅਗਲੀ ਕਾਰਵਾਈ ਆ ਜੀ ਉਹ ਸ਼ੁਰੂ ਕਰ ਦਿੱਤੀ। ਹਾਂਜੀ, ਕੋਈ ਨਾ ਕੱਲ੍ਹ ਰਾਤ ਨੂੰ ਕੋਈ 1:50 ਪੁਲਿਸ ਇਨਫੋਰਮੇਸ਼ਨ ਮਿਲੀ ਕਿ ਮਲਕਪੁਰ ਚੌਂਕ ਵਿੱਚ ਇੱਕ ਜਿਹੜਾ ਟਿੱਪਰ ਆ ਜਿਹੜਾ ਰੇਤੇ ਨਾਲ ਲੋਡਡ ਸੀ ਉਹ ਤੇਜ਼ ਰਫ਼ਤਾਰ ਨਾਲ ਆ ਰਿਹਾ ਸੀ, ਜਿਹੜਾ ਇੱਕ ਸਵਿਫਟ ਕਾਰ 2 ਸਵਿਫਟ ਕਾਰ 'ਚ ਅਤੇ ਇੱਕ ਆਟੋ ਵਿੱਚ ਵੱਜਾ, ਜਿਹ 'ਚ ਜਾਨੀ ਨੁਕਸਾਨ ਹੋਣ ਤੋਂ ਬਚ ਗਿਆ। ਜਿਹੜਾ ਡਰਾਈਵਰ ਸੀ ਉਹ ਮੌਕੇ ਤੋਂ ਭੱਜ ਗਿਆ। ਪੁਲਿਸ ਨੇ ਟਿੱਪਰ ਨੂੰ ਕਬਜ਼ੇ 'ਚ ਲੈ ਕੇ ਜੀ ਅਤੇ ਜਿਹੜੀ ਅਗਲੀ ਕਾਰਵਾਈ ਆ ਜੀ ਉਹ ਸ਼ੁਰੂ ਕਰ ਦਿੱਤੀ। ਹਾਂਜੀ, ਕੋਈ ਨਾ ਕੱਲ੍ਹ ਰਾਤ ਨੂੰ ਕੋਈ 1:50 ਪੁਲਿਸ ਇਨਫੋਰਮੇਸ਼ਨ ਮਿਲੀ ਕਿ ਮਲਕਪੁਰ ਚੌਂਕ ਵਿੱਚ ਇੱਕ ਜਿਹੜਾ ਟਿੱਪਰ ਆ ਜਿਹੜਾ ਰੇਤੇ ਨਾਲ ਲੋਡਡ ਸੀ ਉਹ ਤੇਜ਼ ਰਫ਼ਤਾਰ ਨਾਲ ਆ ਰਿਹਾ ਸੀ, ਜਿਹੜਾ ਇੱਕ ਸਵਿਫਟ ਕਾਰ 2 ਸਵਿਫਟ ਕਾਰ 'ਚ ਅਤੇ ਇੱਕ ਆਟੋ ਵਿੱਚ ਵੱਜਾ, ਜਿਹ 'ਚ ਜਾਨੀ ਨੁਕਸਾਨ ਹੋਣ ਤੋਂ ਬਚ ਗਿਆ। ਜਿਹੜਾ ਡਰਾਈਵਰ ਸੀ ਉਹ ਮੌਕੇ ਤੋਂ ਭੱਜ ਗਿਆ। ਪੁਲਿਸ ਨੇ ਟਿੱਪਰ ਨੂੰ ਕਬਜ਼ੇ 'ਚ ਲੈ ਕੇ ਜੀ ਅਤੇ ਜਿਹੜੀ ਅਗਲੀ ਕਾਰਵਾਈ ਆ ਜੀ ਉਹ ਸ਼ੁਰੂ ਕਰ ਦਿੱਤੀ। ਹਾਂਜੀ, ਕੋਈ ਨਾ ਕੱਲ੍ਹ ਰਾਤ ਨੂੰ ਕੋਈ 1:50 ਪੁਲਿਸ ਇਨਫੋਰਮੇਸ਼ਨ ਮਿਲੀ ਕਿ ਮਲਕਪੁਰ ਚੌਂਕ ਵਿੱਚ ਇੱਕ ਜਿਹੜਾ ਟਿੱਪਰ ਆ ਜਿਹੜਾ ਰੇਤੇ ਨਾਲ ਲੋਡਡ ਸੀ ਉਹ ਤੇਜ਼ ਰਫ਼ਤਾਰ ਨਾਲ ਆ ਰਿਹਾ ਸੀ, ਜਿਹੜਾ ਇੱਕ ਸਵਿਫਟ ਕਾਰ 2 ਸਵਿਫਟ ਕਾਰ 'ਚ ਅਤੇ ਇੱਕ ਆਟੋ ਵਿੱਚ ਵੱਜਾ, ਜਿਹ 'ਚ ਜਾਨੀ ਨੁਕਸਾਨ ਹੋਣ ਤੋਂ ਬਚ ਗਿਆ। ਜਿਹੜਾ ਡਰਾਈਵਰ ਸੀ ਉਹ ਮੌਕੇ ਤੋਂ ਭੱਜ ਗਿਆ। ਪੁਲਿਸ ਨੇ ਟਿੱਪਰ ਨੂੰ ਕਬਜ਼ੇ 'ਚ ਲੈ ਕੇ ਜੀ ਅਤੇ ਜਿਹੜੀ ਅਗਲੀ ਕਾਰਵਾਈ ਆ ਜੀ ਉਹ ਸ਼ੁਰੂ ਕਰ ਦਿੱਤੀ। देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।